ਟ੍ਰੇਨੀ ਆਈਏਐਸ ਅਫਸਰ ਪੂਜਾ ਖੇੜਕਰ ਵਿਵਾਦਾਂ ਦਾ ਦੂਜਾ ਨਾਮ ਬਣਦਾ ਦਿਖਾਈ ਦੇ ਰਿਹਾ ਕਿਉਂਕਿ ਚਲਾਕੀਆਂ ਬਹੁਤ ਕੀਤੀਆਂ ਗਈਆਂ UPSC ਐਗਜ਼ਾਮ ਦੇਣ ਸਮੇਂ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ, ਤੇ ਬਾਅਦ ਵਿੱਚ ਜਦੋਂ ਸ਼ੱਕੀ ਰੂਪ ਨਾਲ ਦੇਖਿਆ ਗਿਆ ਤੇ ਉਸ ਦੇ ਮੈਡੀਕਲ ਦੇ ਲਈ ਵਾਰ-ਵਾਰ ਉਸ ਨੂੰ ਬੁਲਾਇਆ ਗਿਆ ਪਰ ਉਹ ਮੈਡੀਕਲ ਕਰਾਉਣ ਲਈ ਤਿਆਰ ਨਹੀਂ ਸੀ ਕਿਉਂਕਿ ਉਹਨੇ OBC ਤੇ ਇੱਕ ਜਿਹੜਾ ਮਾਨਸਿਕ ਤੌਰ ਦੇ ਉੱਤੇ ਦਿਵਿਆਂਗ ਹੋਣ ਦਾ ਦਾਅਵਾ ਕੀਤਾ ਸੀ ਕਿ ਉਸਦੀ ਨਜ਼ਰ ਵੀ ਘੱਟ ਹੈ, ਇਹ ਸਾਰੇ ਲਾਭ ਲਏ ਸੀ ਉਸਨੇ ਕਹਿ ਕੇ UPSC ਕਰੈਕ ਕਰਨ ਲੱਗਿਆ। ਪਰ ਉਸਦੇ ਮਾਤਾ ਪਿਤਾ ਦੇ ਜਿਹੜੇ ਖਿਲਾਫ ਹੈ, ਜਿਹੜਾ ਇੱਕ ਪਰਚਾ ਵੀ ਦਰਜ ਹੋਇਆ, ਹਾਲਾਂਕਿ ਉਹ ਵੀਡੀਓ ਪੁਰਾਣਾ ਸੀ ਜਿਸ ਦੇ ਵਿੱਚ ਕਿਸਾਨਾਂ ਨੇ ਦੋਸ਼ ਲਾਏ ਕਿ ਉਹਨਾਂ ਦੀ ਜ਼ਮੀਨ ਦੱਬਣ ਨੂੰ ਫਿਰਦੇ ਸੀ, ਤਾਂ ਉਹ ਇੱਕ ਵੱਖਰਾ ਪਰਚਾ ਦਰਜ ਹੋ ਗਿਆ। ਇਸ ਕਰਕੇ ਕਈ ਸਮੇਂ ਤੋਂ ਸੁਰਖੀਆਂ ਦੇ ਵਿੱਚ ਨੇ। ਹੁਣ ਨਵਾਂ ਅਪਡੇਟ ਕੀ ਹੈ? ਮੀਡੀਆ ਦੇ ਵਿੱਚ ਛਪ ਰਹੀਆਂ ਤੇ ਚੱਲ ਰਹੀਆਂ ਖਬਰਾਂ ਨੂੰ ਲੈ ਕੇ ਵੀ ਪੂਜਾ ਖੇੜਕਰ ਟ੍ਰੇਨੀ IAS ਅਫਸਰ ਦਾ ਕੀ ਕਹਿਣਾ ਹੈ, ਇਹ ਵੀ ਇਸ ਰਿਪੋਰਟ ਦੇ ਵਿੱਚ ਦੱਸਾਂਗੇ। ਟ੍ਰੇਨੀ IAS ਅਫਸਰ ਪੂਜਾ ਖੇੜਕਰ ਦਾ ਪੱਖ ਸਾਹਮਣੇ ਆਇਆ, ਕਹਿੰਦੇ ਕਿ ਮੀਡੀਆ ਟ੍ਰਾਇਲ ਚੱਲ ਰਿਹਾ, ਮੈਨੂੰ ਬਦਨਾਮ ਕੀਤਾ ਜਾ ਰਿਹਾ, ਹਾਲੇ ਤੱਕ ਮੈਨੂੰ ਅਦਾਲਤ ਨੇ ਦੋਸ਼ੀ ਨਹੀਂ ਸਾਬਤ ਕੀਤਾ ਪਰ ਮੀਡੀਆ ਦੇ ਵਿੱਚ ਮੈਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਹੋਰ ਪੂਜਾ ਖੇੜਕਰ ਦਾ ਕੀ ਕਹਿਣਾ ਤੇ ਇਸ ਮਾਮਲੇ ਨਾਲ ਜੁੜਿਆ ਨਵਾਂ ਮੋੜ ਕੀ ਹੈ, ਅਪਡੇਟਸ ਕੀ ਨੇ, ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ। ਟ੍ਰੇਨੀ IAS ਅਫਸਰ ਪੂਜਾ ਨੇ ਅਲੱਗ ਅਲੱਗ ਨਾਵਾਂ ਦੇ ਉੱਤੇ UPSC ਦਿੱਤਾ ਔਰ ਕੈਟ ਦੇ ਜਿਹੜੇ ਬੇਨਤੀਆਂ ਪੱਤਰ ਅਰਜੀ ਦਿੱਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ 2020 ਦੇ ਵਿੱਚ ਉਮਰ 30 ਸਾਲ ਦੱਸੀ ਤੇ 2023 ਵਿੱਚ ਇਹ ਜਿਹੜੀ ਉਮਰ ਹੈ ਉਹ 33 ਸਾਲ ਹੋ ਜਾਣੀ ਚਾਹੀਦੀ ਸੀ ਪਰ ਉੱਥੇ 31 ਸਾਲ ਉਮਰ ਦੱਸੀ ਗਈ। ਇਹ ਉਮਰ ਵੀ ਕਿਵੇਂ ਵੱਧ ਘੱਟ ਰਹੀ ਸੀ, ਨਾਮ ਕਿਵੇਂ ਹੋਰ ਬਦਲ ਰਹੇ ਸੀ, ਔਰ ਜਿਹੜਾ ਮਾਨਸਿਕ ਤੌਰ ਤੇ ਦਿਵਿਆਂਗ ਹੋਣ ਦਾ ਜਾਂ OBC ਦਾ ਜਿਹੜਾ ਸਰਟੀਫਿਕੇਟ ਲਾਉਣ ਨੂੰ ਲੈ ਕੇ ਗੁੰਮਰਾਹ ਕੀਤੇ ਜਾਣ ਦੇ ਵੀ ਦੋਸ਼ ਨੇ ਉਸ ਦੇ ਉੱਤੇ, ਹਾਲਾਂਕਿ ਉਸਦਾ ਹੋਰ ਹੀ ਇਸ ਮਸਲੇ ਦੇ ਵਿੱਚ ਕਹਿਣਾ। ਔਰ ਇੱਥੇ ਇਹ ਵੀ ਦੱਸ ਦਈਏ ਕਿ ਟ੍ਰੇਨੀ IAS ਅਫਸਰ ਪੂਜਾ ਖੇੜਕਰ ਦੀ UPSC ਦੇ ਵਿੱਚ ਗੜਬੜੀ ਦੇ ਮਾਮਲੇ ਦੇ ਵਿੱਚ ਲਗਾਤਾਰ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਨੇ। ਹੁਣ ਇਹ ਸਾਹਮਣੇ ਆਇਆ ਕਿ ਪੂਜਾ ਨੇ UPSC ਦੇ ਅਟੈਂਪਟ ਨੂੰ ਵਧਾਉਣ ਦੇ ਲਈ ਨਾਮ ਤੇ ਉਮਰ ਬਦਲ ਬਦਲ ਕੇ ਪੇਪਰ ਦਿੱਤੇ। ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਯਾਨੀ ਕਿ ਕੈਟ ਪੂਜਾ ਦੀ ਤਰਫ ਤੋਂ ਲਗਾਏ ਗਏ ਜਿਹੜੇ 2020 ਤੇ 2023 ਦੇ ਦੋ ਵੱਖੋ ਵੱਖਰੇ ਜਿਹੜੇ ਅਰਜੀ ਪੱਤਰ ਨੇ, ਆਵੇਦਨ ਨੇ, ਪੂਜਾ ਨੇ ਅਲੱਗ ਅਲੱਗ ਨਾਮ ਤੋਂ ਦਿੱਤੇ। ਪੂਜਾ ਨੇ 2020 ਦੇ ਅਰਜੀ ਦੇ ਵਿੱਚ ਆਪਣਾ ਨਾਮ ਖੇੜਕਰ ਪੂਜਾ ਦਿਲੀਪ ਰਾਵ ਲਿਖਿਆ ਤੇ ਉਮਰ 30 ਸਾਲ ਲਿਖੀ। ਉਸੇ ਤਰ੍ਹਾਂ ਫਿਰ ਅੱਗੇ ਹੀ ਜਾਂਦੇ ਹਾਂ ਤੇ 2023 ਦੇ ਵਿੱਚ ਉਸਨੇ ਕੈਟ ਦੇ ਆਵੇਦਨ ਦੇ ਵਿੱਚ ਆਪਣਾ ਨਾਮ ਪੂਜਾ ਮਨੋਰਮਾ ਦਲੀਪ ਖੇੜਕਰ ਲਿਖਿਆ ਤੇ ਉਮਰ 31 ਸਾਲ ਲਿਖ ਦਿੱਤੀ। ਯਾਨੀ ਕਿ ਪੂਜਾ ਤੇ ਖੇੜਕਰ ਤਾਂ ਨਾਮ ਦੇ ਵਿੱਚ ਕਾਮਨ ਰਹੇ ਪਰ ਅੱਗੇ ਪਿੱਛੇ ਕਰ ਦਿੱਤੇ ਗਏ, ਇੱਕ ਅੱਧਾ ਨਾਮ ਹੋਰ ਨਾਲ ਜੋੜ ਦਿੱਤਾ ਗਿਆ। ਤਾਂ ਇਸ ਤਰ੍ਹਾਂ ਨਾਮ ਬਦਲ ਬਦਲ ਕੇ ਉਸਨੇ ਆਪਣੀ ਪ੍ਰੀਖਿਆ ਦਿੱਤੀ ਤੇ ਸਵਾਲ ਉਠਾਇਆ ਜਾ ਰਿਹਾ ਕਿ 3 ਸਾਲ ਦੇ ਅੰਤਰਾਲ ਦੇ ਵਿੱਚ ਉਹਨਾਂ ਦੀ ਉਮਰ 21 ਸਾਲ ਕਿਵੇਂ ਵਧੀ ਹੈ। 3 ਸਾਲ ਬੀਤ ਜਾਂਦੇ ਨੇ ਪਰ ਉਮਰ ਉਹਨਾਂ ਦੀ 1 ਸਾਲ ਹੀ ਵੱਧਦੀ ਹੈ, ਇਹ ਕੁਦਰਤ ਦਾ ਕੋਈ ਹੋਰ ਹੀ ਗੇੜ ਚੱਲ ਰਿਹਾ ਸੀ ਉਹਦੀ ਉਮਰ ਨੂੰ ਲੈ ਕੇ। ਤਾਂ ਇਹ ਪੂਜਾ ਖੇੜਕਰ ਦੇ ਬਾਰੇ ਖੁਲਾਸੇ ਹੋ ਰਹੇ ਨੇ, ਕੈਟ ਦੀਆਂ ਰਿਪੋਰਟਾਂ ਦੱਸਦੀਆਂ ਨੇ। ਦਰਅਸਲ UPSC ਦੇ ਵਿੱਚ ਜਨਰਲ ਕੈਟਾਗਰੀ ਦੇ ਕੈਂਡੀਡੇਟ ਦੀ ਉਮਰ ਆ ਜਿਹੜੀ ਉਹ 32 ਸਾਲ ਦੀ ਉਮਰ ਤੱਕ 6 ਵਾਰ ਪ੍ਰੀਖਿਆ ਦੇਣ ਦੇ ਲਈ ਅਰਜੀ ਦੇ ਸਕਦਾ। ਉੱਥੇ OBC ਕੈਟਾਗਰੀ ਦੇ ਜਿਹੜੇ ਵਿਦਿਆਰਥੀ ਹੁੰਦੇ ਨੇ ਜਾਂ ਜਿਹੜੇ ਉਮੀਦਵਾਰ ਜਾਂ ਕੈਂਡੀਡੇਟ ਕਹਿ ਲਈਏ, ਉਹ 35 ਸਾਲ ਤੱਕ ਦੀ ਉਮਰ ਲਈ 9 ਵਾਰ ਪ੍ਰੀਖਿਆ ਦੇ ਸਕਦੇ ਨੇ। ਔਰ ਪੂਜਾ ਨੇ ਕੁੱਲ 11 ਵਾਰ ਸਿਵਲ ਸਰਵਿਸ ਦੀ ਪ੍ਰੀਖਿਆ ਦਿੱਤੀ ਹੈ। ਤਾਂ ਉਸਨੇ ਵਾਰ-ਵਾਰ ਗੁੰਮਰਾਹ ਕਰਕੇ, ਕਦੇ ਨਾਮ ਬਦਲ ਕੇ, ਕਦੇ ਉਮਰ ਬਦਲ ਕੇ ਤੇ ਕਦੇ ਆਪਣੇ ਹੋਰ ਸਰਟੀਫਿਕੇਟ ਲਗਾ ਕੇ ਗੁੰਮਰਾਹ ਕੀਤਾ, ਜਿਸ ਕਰਕੇ ਉਸਦਾ ਗੜਬੜੀ ਦੇ ਮਾਮਲੇ ਨੂੰ ਲੈ ਕੇ ਉਸਦੇ ਖਿਲਾਫ ਜਾਂਚ ਹੋ ਰਹੀ ਹੈ। ਪੂਜਾ ਦੇ ਦਿਵਿਆਂਗਤਾ ਤੇ OBC ਜਿਹੜੀ ਉਸਨੇ ਰਾਖਵਾਂ ਕਰਨ ਦੇ ਲਈ ਕੋਟੇ ਦਾ ਦੁਰਵਰਤੋਂ ਕੀਤੀ ਹੈ, ਤਾਂ ਉਸਨੂੰ ਲੈ ਕੇ UPSC ਦੇ ਵਿੱਚ ਸਿਲੈਕਸ਼ਨ ਪਾਉਣ ਦਾ ਜਿਹੜਾ ਦੋਸ਼ ਲੱਗਿਆ ਕਿ ਉਸਨੇ UPSC ਦੇ ਵਿੱਚ ਗਲਤ ਢੰਗ ਦੇ ਨਾਲ ਸਿਲੈਕਸ਼ਨ ਪਾਈ ਹੈ। ਵਿਵਾਦ ਵਧਣ ਤੋਂ ਬਾਅਦ ਉਸਨੂੰ ਪੁਣੇ ਤੋਂ
ਟਰਾਂਸਫਰ ਕਰ ਦਿੱਤਾ ਗਿਆ ਸੀ। ਹਾਲਾਂਕਿ ਪੂਜਾ ਖੇਡਕਰ ਟ੍ਰੇਨਿੰਗ IAS ਅਫਸਰ ਦਾ ਬਿਆਨ ਵੀ ਸਾਹਮਣੇ ਆਇਆ ਜੋ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਉਸ ਵਿੱਚ ਉਹ ਕੀ ਕਹਿ ਰਹੀ ਹੈ, ਕਹਿ ਰਹੀ ਹੈ ਕਿ ਮੀਡੀਆ ਟ੍ਰਾਇਲ ਦੇ ਵਿੱਚ ਮੈਨੂੰ ਦੋਸ਼ੀ ਸਾਬਤ ਕੀਤਾ ਜਾ ਰਿਹਾ ਹੈ, ਇਹ ਗਲਤ ਹੈ। ਦੋਸ਼ੀ ਸਾਬਤ ਹੋਣ ਤੱਕ ਮੈਂ ਨਿਰਦੋਸ਼ ਹਾਂ। ਸਾਡਾ ਸੰਵਿਧਾਨ ਇਸੇ ਗੱਲ ਦੇ ਉੱਤੇ ਆਧਾਰਿਤ ਹੈ, ਇਹ ਸਭ ਅਧਿਕਾਰ ਹੁੰਦਾ ਹੈ ਸਭ ਨੂੰ, ਸਭ ਦੇ ਕੋਲ। ਔਰ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਮੇਰੇ ਉੱਤੇ ਦੋਸ਼ ਲੱਗੇ ਨੇ ਪਰ ਮੈਂ ਦੋਸ਼ੀ ਨਹੀਂ ਹਾਂ, ਦੋਸ਼ੀ ਸਾਬਤ ਹਾਲੇ ਹੋਣਾ ਬਾਕੀ ਹੈ। ਔਰ ਪੂਜਾ ਖੇਡਕਰ ਦਾ ਕਹਿਣਾ ਕਿ ਜਦੋਂ ਤੱਕ ਮੈਂ ਦੋਸ਼ੀ ਸਾਬਤ ਨਹੀਂ ਹੋ ਜਾਂਦੀ ਮੈਨੂੰ ਦੋਸ਼ੀ ਨਾ ਕਿਹਾ ਜਾਵੇ। ਪਰ ਟ੍ਰੇਨਿੰਗ IAS ਅਫਸਰ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ, ਸਵਾਲਾਂ 'ਚ ਘਿਰੀ ਹੋਈ ਹੈ। ਹੁਣ ਜਿਹੜੀਆਂ ਇਨਕੁਆਇਰੀਆਂ ਹੋ ਰਹੀਆਂ ਨੇ, ਉਸਦੀ ਟਰਾਂਸਫਰ ਕੀਤੀ ਗਈ, ਉਸਨੇ ਜਿਹੜੀਆਂ ਦੁਰਵਰਤੋਂ ਕੀਤੀਆਂ ਨੇ ਆਪਣੇ ਹੱਕਾਂ ਹਕੂਕਾਂ ਦੀਆਂ, ਜੋ ਉਸਦੇ ਹੱਕ ਨਹੀਂ ਸੀ ਬਣਦੇ ਉਹ ਵੀ ਵਰਤੇ ਗਏ, ਨਾਮ ਬਦਲ ਬਦਲ ਕੇ, ਇਹ ਸਾਰੀਆਂ ਗੱਲਾਂ ਆ ਰਹੀਆਂ ਨੇ ਸਾਹਮਣੇ। ਵਾਸ਼ਿਮ ਪੁਲਿਸ ਦੇ ਵਿੱਚ ਦੱਸਿਆ ਗਿਆ ਕਿ 3 ਮਹਿਲਾ ਕਾਂਸਟੇਬਲ ਸੋਮਵਾਰ ਨੂੰ ਦੇਰ ਰਾਤ ਪੂਜਾ ਦੇ ਘਰ ਗਏ, ਕਿਉਂਕਿ ਪੂਜਾ ਨੇ ਦੇਰ ਰਾਤ ਪੁਲਿਸ ਨੂੰ ਬੁਲਾਇਆ ਸੀ। ਪੂਜਾ ਨੇ ਹੀ ਪੁਲਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੀ ਹੈ। ਮਹਿਲਾ ਕਾਂਸਟੇਬਲ ਰਾਤ 11 ਵਜੇ ਪੂਜਾ ਦੇ ਕੈਬਨ ਦੇ ਵਿੱਚ ਗਏ, ਉੱਥੇ ਉਹਨਾਂ ਨੇ 1 ਵਜੇ ਉੱਥੋਂ ਵਾਪਸ ਆਏ। ਹਾਲਾਂਕਿ ਇਹ ਖੁਲਾਸਾ ਨਹੀਂ ਹੋਇਆ ਕਿ ਪੂਜਾ ਤੇ ਪੁਲਿਸ ਦੇ ਵਿਚਾਲੇ 3 ਘੰਟੇ ਚਰਚਾ ਕਿਹੜੀ ਗੱਲ ਦੀ ਹੋਈ ਹੈ। ਇਹ ਖਬਰਾਂ ਬਣ ਰਹੀਆਂ ਨੇ ਵੈਬਸਾਈਟਸ ਦੇ ਉੱਤੇ। ਪੂਜਾ ਦੀ ਟ੍ਰੇਨਿੰਗ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਪੂਜਾ ਖੇਡਕਰ ਦੀ ਟ੍ਰੇਨਿੰਗ 1 ਹਫ਼ਤੇ ਦੀ ਰੋਕ ਦਿੱਤੀ ਗਈ ਹੈ। ਪੂਜਾ ਨੂੰ 15 ਤੋਂ 19 ਜੁਲਾਈ ਤੱਕ ਕੱਲਿਆਂ ਆਦਿਵਾਸੀ ਵਿਕਾਸ ਪਰਿਯੋਜਨਾ ਦੇ ਰੂਪ ਦੇ ਵਿੱਚ ਸ਼ਾਮਲ ਹੋਣਾ ਸੀ, ਪਰ ਵਾਸ਼ਿਮ ਜ਼ਿਲ੍ਹਾ ਅਧਿਕਾਰੀ ਨੇ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ। ਪੂਜਾ ਨੇ ਦਿਵਿਆਂਗ ਅਤੇ OBC ਸਰਟੀਫਿਕੇਟ ਦੀ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ, ਔਰ ਸਰਟੀਫਿਕੇਟ ਜਾਰੀ ਕਰਨ ਵਾਲੇ ਡਾਕਟਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਗੱਲ ਇੱਥੇ ਨਹੀਂ ਮੁੱਕਦੀ। ਪੂਜਾ ਖੇਡਕਰ ਨੇ 2 ਵਾਰ ਆਵੇਦਨ ਬੇਨਤੀ ਦਿੱਤੀ ਵਿਕਲਾਂਗਤਾ ਸਰਟੀਫਿਕੇਟ ਦੇ ਲਈ, ਔਰ ਉਹਨਾਂ ਵਿੱਚੋਂ 1 ਵਾਰੀ ਖਾਰਜ ਹੋ ਗਿਆ। ਟ੍ਰੇਨਿੰਗ IAS ਅਫਸਰ ਪੂਜਾ ਖੇਡਕਰ ਨੇ 2 ਵਾਰ ਕਿ ਮਾਨਸਿਕ ਤੌਰ ਤੇ ਵਿਕਲਾਂਗਤਾ ਨੂੰ ਲੈ ਕੇ ਸਰਟੀਫਿਕੇਟ ਲਈ ਅਰਜੀ ਦਿੱਤੀ। ਪੂਨੇ ਦੇ ਔਂਧ ਹਸਪਤਾਲ ਦੇ ਵਿੱਚ ਉਸਦਾ ਆਵੇਦਨ ਆ ਜਿਹੜਾ ਉਹ ਖਾਰਜ ਕਰ ਦਿੱਤਾ ਗਿਆ ਸੀ, ਤੇ ਔਂਧ ਹਸਪਤਾਲ ਨੇ ਪੂਜਾ ਦੇ ਜਿਹੜੀ ਅਰਜੀ ਦੇ ਵਿੱਚ ਜਵਾਬ ਵਿੱਚ ਕਿਹਾ ਸੀ ਕਿ ਤੁਸੀਂ 23 ਅਗਸਤ 2022 ਦੇ ਵਿੱਚ ਵਿਕਲਾਂਗਤਾ ਸਰਟੀਫਿਕੇਟ ਦੇ ਲਈ 1 ਅਰਜੀ ਦਿੱਤੀ ਸੀ, ਔਰ ਤੁਹਾਡੇ ਵੱਲੋਂ ਦੱਸਿਆ ਗਿਆ ਸੀ ਕਿ ਬਿਮਾਰੀ ਲੋਕੋਮੋਟਰ ਵਿਕਲਾਂਗਤਾ ਦੀ ਮੈਡੀਕਲ ਟੀਮ ਨੇ 11 ਅਕਤੂਬਰ 2022 ਨੂੰ ਜਾਂਚ ਕੀਤੀ ਸੀ। ਟੀਮ ਦੀ ਰਿਪੋਰਟ ਦੇ ਆਧਾਰ ਤੇ ਦਾਅਵਾ ਉਚਿਤ ਨਹੀਂ ਮੰਨਿਆ ਗਿਆ, ਔਰ ਉਸਦੇ ਪੱਖ ਨੂੰ ਜਾਣਦਿਆਂ ਹੋਇਆਂ ਵਿਕਲਾਂਗਤਾ ਸਰਟੀਫਿਕੇਟ ਜਾਰੀ ਕਰਨਾ ਸੰਭਵ ਨਹੀਂ ਹੈ। ਲੋਕੋਮੀਟਰ ਵਿਕਲਾਂਗਤਾ ਹੱਡੀਆਂ ਜਾਂ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦੇ ਕਾਰਨ ਹੱਥ ਜਾਂ ਪੈਰ ਦੀ ਮੂਵਮੈਂਟ ਦੇ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਇਸ ਦੇ ਲਈ ਬਾਅਦ ਵਿੱਚ ਪਿੰਪਰੀ ਚਿੰਚਵੜ ਦੇ ਗਵਰਨਮੈਂਟ ਹਸਪਤਾਲ ਦੇ ਵਿੱਚ ਵਿਕਲਾਂਗਤਾ ਸਰਟੀਫਿਕੇਟ ਦੇ ਲਈ ਅਰਜੀ ਦਿੱਤੀ ਗਈ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਇੱਕ ਪੂਜਾ ਖੇਡਕਰ ਆ ਜਿਹੜੀ ਉਹ 2023 ਬੈਚ ਦੀ IAS ਅਧਿਕਾਰੀ ਹੈ। UPSC ਪ੍ਰੀਖਿਆ ਦੇ ਵਿੱਚ ਆਲ ਇੰਡੀਆ ਰੈਂਕ ਦੇ ਵਿੱਚ ਉਸਨੇ 841 ਰੈਂਕ ਹਾਸਲ ਕੀਤਾ ਸੀ। ਉਸਦੇ ਪਿਤਾ ਦਲੀਪ ਖੇਡਕਰ ਵੀ ਇੱਕ ਰਿਟਾਇਰਡ ਪ੍ਰਸ਼ਾਸਨਿਕ ਅਧਿਕਾਰੀ ਨੇ। ਪੂਜਾ ਦੇ ਜਿਹੜੇ ਪਰਮਾਨੈਂਟ ਨਿਯੁਕਤੀ ਤੋਂ ਲੈ ਕੇ ਹੁਣ ਤੱਕ ਹਾਸਲ ਕਰਨ ਨੂੰ ਲੈ ਕੇ ਪੁਣੇ ਡਿਸਟ੍ਰਿਕਟ ਕਲੈਕਟਰ ਆਫਿਸ ਦੇ ਵਿੱਚ ਬਤੌਰ ਅਸਿਸਟੈਂਟ ਕਲੈਕਟਰ ਤੈਨਾਤ ਕੀਤਾ ਗਿਆ ਸੀ, ਔਰ ਉਹ ਸਾਇਰਨ ਤੇ VIP ਨੰਬਰ ਪਲੇਟ ਵਾਲੀ ਇੱਕ ਨਿੱਜੀ ਆਡੀ ਕਾਰ ਦਾ ਵੀ ਪ੍ਰਯੋਗ ਕਰ ਰਹੀ ਸੀ, ਜਿਸ ਦੇ ਚੱਲਦੇ ਉਸਨੂੰ ਪੁਣੇ ਤੋਂ ਵਾਸ਼ਿਮ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਤਾਂ ਜਿਹੜਾ ਟ੍ਰੇਨਿੰਗ IAS ਅਫਸਰ ਹੈ ਜੋ ਪੂਜਾ ਖੇਡਕਰ, ਉਸਨੂੰ ਲੈ ਕੇ ਕਈ ਨਵੇਂ ਖੁਲਾਸੇ ਹੋ ਰਹੇ ਨੇ, ਪਰ ਪੂਜਾ ਖੇਡਕਰ ਦਾ ਵੀ ਇੱਥੇ ਪੱਖ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਉਹ ਦੋਸ਼ੀ ਨਹੀਂ ਹੈ, ਉਹ ਨਿਰਦੋਸ਼ ਹੈ, ਔਰ ਜਦੋਂ ਤੱਕ ਅਦਾਲਤ ਜਾਂ ਸਾਰੀ ਜਾਂਚ ਦੇ ਵਿੱਚ ਉਹ ਦੋਸ਼ੀ ਸਾਬਤ ਨਹੀਂ ਹੁੰਦੀ, ਸੰਵਿਧਾਨ ਸਾਨੂੰ ਇਸੇ ਗੱਲ ਦੀ ਤੇ ਆਗਿਆ ਦਿੰਦਾ। ਪਰ ਮੀਡੀਆ ਟ੍ਰਾਇਲ ਦੇ ਵਿੱਚ ਮੈਨੂੰ ਬਦਨਾਮ ਕੀਤਾ ਜਾ ਰਿਹਾ, ਇਹ ਗੱਲਾਂ ਸਾਹਮਣੇ ਆਈਆਂ ਨੇ। ਪਰ ਪੂਜਾ ਖੇਡਕਰ ਦੇ ਮਾਤਾ ਪਿਤਾ ਦੇ ਉੱਤੇ ਵੀ ਇੱਕ FIR ਦਰਜ ਇਸ ਕਰਕੇ ਹੋਈ ਹੈ ਕਿਉਂਕਿ ਉਹ
ਵੀਡੀਓ ਪੁਰਾਣਾ ਵਾਇਰਲ ਹੋ ਜਾਂਦਾ ਜਿਹੜਾ ਕਿ ਪੁਰਾਣਾ ਵੀਡੀਓ ਹੈ। ਉੱਥੋਂ ਦੇ ਸਥਾਨਕ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਉਸਦੇ ਜਿਹੜੇ ਇਹ ਜਿਨ੍ਹਾਂ ਦੇ ਖਿਲਾਫ਼ ਸ਼ਿਕਾਇਤ ਦਿੱਤੀ ਗਈ ਥਾਣੇ ਦੇ ਵਿੱਚ, ਕਿਹਾ ਗਿਆ ਕਿ ਉਹਨਾਂ ਨੇ ਆਪਣੀ ਪਿਸਟਲ ਆ ਜਿਹੜੀ ਹਵਾ ਦੇ ਵਿੱਚ ਲਹਿਰਾਈ, ਕਿਸਾਨਾਂ ਨੂੰ ਧਮਕਾਇਆ ਗਿਆ। ਇਸ ਕਰਕੇ ਉੱਥੋਂ ਦੇ ਪੁਲਿਸ ਨੇ ਜਿਹੜਾ ਪਰਚਾ ਉਹਨਾਂ ਦੇ ਮਾਤਾ ਪਿਤਾ ਦੇ ਖਿਲਾਫ਼ ਦਰਜ ਕੀਤਾ। ਹਾਲਾਂਕਿ ਇੱਕ ਪਾਸੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ, ਦੂਜੇ ਪਾਸੇ ਉਹਨਾਂ ਦੀ ਟ੍ਰੇਨੀ IAS ਅਫਸਰ ਬੇਟੀ ਹੈ ਜਿਹੜੀ, ਉਸ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ। ਹਾਲੇ ਉਹ ਸਵਾਲਾਂ ਦੇ ਘੇਰੇ ਵਿੱਚ ਹੈ। ਦੇਖਦੇ ਹਾਂ ਕਿ ਜਾਂਚ ਪੜਤਾਲ ਜਦੋਂ ਮੁਕੰਮਲ ਹੁੰਦੀ ਹੈ ਤੇ ਉਸ ਦੇ ਵਿੱਚ ਉਸ ਨੂੰ ਕੀ ਸਜ਼ਾ ਮਿਲ ਸਕਦੀ ਹੈ, ਕਿ ਵਾਕਈ ਉਸਨੇ ਕਈ ਥਾਵਾਂ ਦੇ ਉੱਤੇ ਗੁੰਮਰਾਹ ਕੀਤਾ। ਜੋ ਹੁਣ ਤੱਕ ਰਿਪੋਰਟਾਂ ਸਾਹਮਣੇ ਆਈਆਂ ਨੇ, ਬੇਸ਼ੱਕ ਪੂਜਾ ਖੇੜਕਰ ਇਹ ਕਹਿ ਕੇ ਦਾਅਵਾ ਕਰੇ ਕਿ ਮੀਡੀਆ ਟ੍ਰਾਇਲ ਮੇਰਾ ਚੱਲ ਰਿਹਾ, ਪਰ ਰਿਪੋਰਟਾਂ ਤਾਂ ਝੂਠ ਨਹੀਂ ਬੋਲਦੀਆਂ, ਜਿਸ ਵਿੱਚ ਉਸਨੇ ਨਾਮ ਬਦਲ ਬਦਲ ਕੇ, ਉਮਰ ਬਦਲ ਕੇ ਔਰ ਗੁੰਮਰਾਹ ਕਰਕੇ ਔਰ ਗਲਤ ਤਰੀਕੇ ਨਾਲ ਸਰਟੀਫਿਕੇਟ ਬਣਾ ਕੇ UPSC ਦਾ ਐਗਜ਼ਾਮ ਆ ਜਿਹੜਾ ਦਿੱਤਾ ਅਤੇ ਉਸਨੂੰ ਕਰੈਕ ਕੀਤਾ। 841 ਨੰਬਰ ਰੈਂਕ ਉਸਨੇ ਹਾਸਲ ਕੀਤਾ। ਦੇਖਦੇ ਹਾਂ ਕਿ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਕੀ ਆਉਂਦਾ। ਫਿਲਹਾਲ ਉਸਦੀ ਇੱਕ ਹਫ਼ਤੇ ਦੇ ਲਈ ਜਿਹੜੀ ਟ੍ਰੇਨਿੰਗ ਹੈ ਉਹ ਰੋਕ ਦਿੱਤੀ ਗਈ ਹੈ। ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।